ਜਿਹੜੀ ਇਹ ਜੰਗ ਆ ਸਾਡੀ, ਇਹ ਸਟਿੱਕਰ ਆ, ਇਹ ਮੈਂ ਤੁਹਾਨੂੰ ਪਹਿਲਾਂ ਦੱਸਦਾ ਕੋਈ ਜੁਮਲਾ ਨਹੀਂ ਹੈਗਾ। ਪਿਛਲੇ ਜਦੋਂ ਇਲੈਕਸ਼ਨ ਸੀਗੇ ਪੋਲੀਟੀਸ਼ੀਅਨ ਦੇ ਗਏ ਸੀ, ਆਹ ਮੈਂ ਇੱਕ ਸਟਿੱਕਰ ਜਾਰੀ ਕਰੂੰਗਾ, ਜਿਹਦੇ ਸਟਿੱਕਰ ਲੱਗਿਆ ਹੋਊਗਾ ਉਹਦਾ ਕੋਈ ਚਲਾਨ ਨਹੀਂ ਹੋਊਗਾ। ਸਾਡੇ ਕੋਲ ਇਹੋ ਜਿਹੇ ਅਨਪੜ੍ਹਤਾ ਵਾਲੇ ਕੋਈ ਕੰਮ ਨਹੀਂ ਹੈਗੇ। ਕਈ ਸਾਨੂੰ ਰੌਲਾ ਪਾਉਂਦੇ ਸੀ, ਸਾਡੇ 15-15 ਜਾਂ 10-10 ਹਜ਼ਾਰ ਮੰਗਦੇ ਸੀ ਲਾਇਸੈਂਸ ਬਣਾਉਣ ਦਾ, ਜਦਕਿ ਜਿਹੜੀ ਲਾਇਸੈਂਸ ਦੀ ਫੀਸ ਆ 370 ਰੁਪਈਏ ਈ ਵਹੀਕਲ ਦੀ। ਉਹਨਾਂ ਨੂੰ ਹੁਣ ਬੋਲਰਿੰਗ ਦੇਣਾ ਚਾਹੁੰਦੇ ਹਾਂ ਵੀ ਜਿਹੜੀਆਂ ਕਾਲੀਆਂ ਭੇਡਾਂ ਉਹ ਬਣ ਜਾਓ, ਚਿੱਟੀਆਂ ਬਣ ਕੇ ਦਿਖਾ ਦਿਓ। ਰਸਤਿਆਂ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਸੜਕਾਂ ਦੇ ਵਿੱਚ ਕਿ ਇਹਨਾਂ 'ਤੇ ਟੋਕਨ ਨਹੀਂ ਲੱਗਿਆ ਹੈ, ਤਾਂ ਕੋਈ ਕਾਰਵਾਈ ਕੀਤੀ ਜਾਏਗੀ ਉਹਨਾਂ? ਇਹ ਟੋਕਨ ਨੰਬਰ ਹਮੇਸ਼ਾ ਉਹੀ ਲਊਗਾ ਜਿਹੜਾ ਬੰਦਾ ਸਾਫ਼ ਸੁਥਰਾ ਹੋਊਗਾ, ਔਰ ਜਿਹੜਾ ਸਹੀ ਹੋਊਗਾ ਜਿਹਦੀ RC ਨੰਬਰ 86 ਨੰਬਰ ਮਿਲਦਾ ਹੋਊਗਾ। ਜਿਹਦੇ ਟੋਕਨ ਨੰਬਰ ਨਹੀਂ ਲੱਗਿਆ ਸਮਝ ਲਓ ਇਹੋ ਜਿਹੇ ਇਨਸਾਨ ਹੋਣਗੇ, ਉਹ ਹੁਣ ਪ੍ਰਸ਼ਾਸਨ ਦੇਖਿਓ ਤਾਂ ਕਿਵੇਂ ਨੱਥ ਪਾਣੀ ਕਿਵੇਂ ਨਹੀਂ ਨੱਥ ਪਾਣੀ। ਸਾਡੀ ਵਰਦੀ ਪਾਈ ਹੋਈ ਆ, ਅਸੀਂ ਉਹਦੀ ਜ਼ਿੰਮੇਵਾਰੀ ਲਵਾਂਗੇ। ਉਹ ਜਿਹੜੇ ਐਵੇਂ ਤੁਰੇ ਫਿਰਦੇ ਵਾਰਾ ਗਾਵਾਂ ਫਿਰਦੀਆਂ ਤੁਰੀਆਂ, ਉਹਨਾਂ ਦੀ ਥੋੜ੍ਹੀ ਵਾਰੀ ਲੈ ਲਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ। ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਵੱਧ ਰਹੇ ਆਟੋ ਤੇ ਈ ਰਿਕਸ਼ਾ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਚਲਾਨ ਕੱਟ ਰਿਹਾ ਹੈ, ਤਾਂ ਉਸ ਤੋਂ ਬਾਅਦ ਆਟੋ ਰਿਕਸ਼ਾ ਵਾਲਿਆਂ ਨੂੰ ਪਰੇਸ਼ਾਨੀ ਵਿੱਚ ਝੱਲੀ ਪੈ ਰਹੀ ਸੀ। ਤਾਂ ਬੀਤੇ ਦਿਨਾਂ ਦੇ ਵਿੱਚ ਕਈ ਰੂਲ ਲਾਗੂ ਕੀਤੇ ਗਏ ਸੀ, ਤਾਂ ਆਟੋ ਡਰਾਈਵਰਾਂ ਨੇ ਜਿਹੜੇ ਰੂਲ ਸੀ ਉਹਨੂੰ ਫੋਲੋ ਵੀ ਕੀਤਾ, ਡਰੈੱਸਾਂ ਪਾਈਆਂ, ਜਿਸ ਤੋਂ ਪਹਿਚਾਣ ਕਰਨੀ ਥੋੜ੍ਹੀ ਜਿਹੀ ਸੌਖੀ ਹੋ ਗਈ। ਪਰ ਮੇਰੇ ਹੱਥ ਦੇ ਵਿੱਚ ਇੱਕ ਸਟਿੱਕਰ ਦੇਖ ਰਹੇ ਹੋ ਤੁਸੀਂ, ਇਹ ਸਟਿੱਕਰ ਦੇ ਨਾਲ ਹੁਣ ਲੋਕਾਂ ਦੀ ਜਿਹੜੇ ਆਟੋ ਡਰਾਈਵਰ ਨੇ ਉਹਨਾਂ ਦੀ ਪਹਿਚਾਣ ਕਰਨੀ ਹੋਰ ਵੀ ਸੌਖੀ ਹੋ ਜਾਏਗੀ। ਤਾਂ ਗੱਲਬਾਤ ਕਰਦੇ ਹਾਂ ਕਿ ਆਖਿਰ ਕਿਵੇਂ ਪਹਿਚਾਣ ਹੋਏਗੀ, ਤਾਂ ਸਾਡੇ ਨਾਲ ਪ੍ਰਧਾਨ ਜੀ ਸਤੀਸ਼ ਮਾਮਾ ਜੀ ਮੌਜੂਦ ਨੇ। ਮਾਮਾ ਜੀ, ਸਟਿੱਕਰ ਜਿਹੜੇ ਲਾਏ ਜਾ ਰਹੇ ਨੇ ਅੱਜ, ਕਿਵੇਂ ਪਹਿਚਾਣ ਹੋਏਗੀ ਆਟੋ ਰਿਕਸ਼ਾ ਵਾਲਿਆਂ ਦੀ? ਇਹ ਡੀਜ਼ਲ ਆਟੋ ਰਿਕਸ਼ਾ ਜਿਹੜੇ ਸੀਗੇ, ਪਿੱਛੇ ਪ੍ਰਸ਼ਾਸਨ ਨੇ ਕਹਿਤਾ ਸੀ ਵੀ ਬੰਦ ਕਰਨੇ ਆ ਜਾਂ ਅਸੀਂ ਸ਼ਹਿਰ 'ਚ ਨਹੀਂ ਆਉਂਦੇ ਨੇ, ਉਹਦੀ ਬਾਬਤ ਸਾਨੂੰ CP ਸਾਹਿਬ ਨੇ 2 ਮਹੀਨਿਆਂ ਦਾ ਟਾਈਮ ਦਿੱਤਾ। ਪਰੰਤੂ ਕੀ ਆ, ਅਸੀਂ ਹੁਣ ਅੱਗੇ ਟਾਈਮ ਵਧਾਉਣ ਵਾਸਤੇ ਇਹਦੇ ਲਈ ਹਾਈਕੋਰਟ ਦਾ ਰੁਖ ਬਣਾਉਣ ਦੀ ਤਿਆਰੀ ਕਰ ਰਹੇ ਸੀ, ਜਿਹਦੇ ਵਿੱਚ ਕਿ ਅਸੀਂ ਇਹਨਾਂ ਦਾ ਸਾਰਾ ਡਾਟਾ ਇਕੱਠਾ ਕਰ ਰਹੇ ਹਾਂ, ਔਰ ਜਿਹੜਾ ਆਪਣੇ ਕਾਗਜ਼ ਪੱਤਰ ਸਾਨੂੰ ਦੇਣ ਦਾ ਨੂੰ ਅਸੀਂ ਆਹ ਨੰਬਰ ਦੇ ਦਿੰਦੇ ਹਾਂ, ਟੋਕਨ ਨੰਬਰ ਜਿਹਨੂੰ ਕਹਿ ਦਿੰਦੇ ਆ। ਜੇ ਬਾਏ ਚਾਂਸ ਕਿਤੇ ਕਿਸੇ ਨਾਲ ਵੀ ਹੈਪਨਿੰਗ ਹੋਈ ਸੀ, ਸਾਨੂੰ ਇਹ ਟੋਕਨ ਨੰਬਰ ਫੋਨ ਕਰਨ ਦਾ ਵੀ 13 ਨੰਬਰ ਟੋਕਨ ਜਾਂ 15 ਨੰਬਰ ਟੋਕਨ ਵਾਲਾ ਬੰਦਾ ਸੀਗਾ, ਸਾਡੇ ਨਾਲ ਕੋਈ ਗਲਤ ਕਰ ਗਿਆ ਜਾਂ ਉਹਦਾ ਕਿਤੇ ਐਕਸੀਡੈਂਟ ਹੋ ਗਿਆ, ਤੁਸੀਂ ਇਹਦੀ ਪਛਾਣ ਕਰ ਸਕਦੇ ਹੋ, ਅਸੀਂ ਉਹਨੂੰ ਫਟਾਫਟ ਉਹਦਾ ਐਡਰੈਸ, ਫੋਨ ਨੰਬਰ, ਸਾਰਾ ਕੁਝ ਕੱਢ ਕੇ ਦੇ ਦਾਂਗੇ। ਤਾਂ ਸੋ ਇਸ ਕੰਮ ਨੂੰ ਘੱਟ ਤੋਂ ਘੱਟ 15-20 ਦਿਨ ਲੱਗ ਜਾਣਗੇ, ਕੰਪਿਊਟਰ ਦੇ ਵਿੱਚ ਫਿਰ ਡਾਟਾ ਫਿੱਟ ਹੋਊਗਾ ਸਾਰਾ, ਅਤੇ ਸ਼ਾਇਦ ਅਸੀਂ ਇਹਦੀ ਕੋਸ਼ਿਸ਼ ਕਰਾਂਗੇ ਇਹਦੀ ਵੈਬਸਾਈਟ ਵੀ ਬਣਾਈ ਜਾਵੇ, ਜਿਹਦੇ 'ਚ ਕਿ ਔਨਲਾਈਨ ਦੇ ਵਿੱਚ ਆਟੋ ਯੂਨੀਅਨ ਲੁਧਿਆਣਾ ਪਾ ਕੇ ਆਪਣਾ ਟੋਕਨ ਨੰਬਰ ਜਿਹੜਾ ਬੰਦਾ ਮਰਜ਼ੀ ਭਰ ਲਵੇ, ਭਰ ਕੇ ਉਹਦਾ ਜਿਹੜਾ ਡਾਟਾ ਸਾਰਾ ਬਾਹਰ ਆਜੂਗਾ, ਉਹਦਾ ਐਡਰੈਸ, ਫੋਨ ਨੰਬਰ, ਗੱਡੀ ਨੰਬਰ, ਚੈਸੀ ਨੰਬਰ, ਇੰਜਨ ਨੰਬਰ, ਪਰਮਿਟ ਨੰਬਰ, ਸਾਰਾ ਆਜੂਗਾ। ਅਤੇ ਸੋ ਇੱਕ ਬਹੁਤ ਵਧੀਆ ਉਪਰਾਲਾ ਵਾ, ਜਿਹੜੀ ਇਹ ਜੰਗ ਆ ਸਾਡੀ, ਇਹ ਸਟਿੱਕਰ ਆ, ਇਹ ਮੈਂ ਤੁਹਾਨੂੰ ਪਹਿਲਾਂ ਦੱਸਦਾ ਕੋਈ ਜੁਮਲਾ ਨਹੀਂ ਹੈਗਾ ਜਾਂ ਕੋਈ ਐਸੀ ਚੀਜ਼ ਨਹੀਂ ਹੈ ਕਿ ਜਿੱਦਾਂ ਸਾਨੂੰ ਪਿਛਲੇ ਜਦੋਂ ਇਲੈਕਸ਼ਨ ਸੀਗੇ ਪੋਲੀਟੀਸ਼ੀਅਨ ਦੇ ਗਏ ਸੀ, ਚਰਨਜੀਤ ਸਿੰਘ ਚੰਨੀ ਜੀ ਟੇਬਲ ਦੇ ਉੱਤੇ ਖੜੇ ਹੋ ਕੇ ਸਾਡੇ ਕੋਲ ਆ ਕੇ ਚਾਹ ਪੀਤੀ, ਆ ਮੈਂ ਇੱਕ ਸਟਿੱਕਰ ਜਾਰੀ ਕਰੂੰਗਾ, ਜਿਹਦੇ ਸਟਿੱਕਰ ਲੱਗਿਆ ਹੋਊਗਾ ਉਹਦਾ ਕੋਈ ਚਲਾਨ ਨਹੀਂ ਹੋਊਗਾ, ਉਹਦਾ ਕੋਈ ਲਾਇਸੈਂਸ ਨਹੀਂ ਪੁੱਛੂਗਾ, ਉਹਦਾ ਕੋਈ ਇੰਸ਼ੋਰੈਂਸ ਨਹੀਂ ਪੁੱਛੂਗਾ, ਸਾਡੇ ਕੋਲ ਇਹੋ ਜਿਹੇ ਅਨਪੜ੍ਹਤਾ ਵਾਲੇ ਕੋਈ ਕੰਮ ਨਹੀਂ ਹੈਗੇ, ਅਸੀਂ ਜੋ ਗੱਲ ਕਰਾਂਗੇ ਬਿਲਕੁਲ ਜਾਇਜ਼ ਕਰਾਂਗੇ। ਇਹ ਸਿਰਫ ਇੱਕ ਪਹਿਚਾਣ ਹੋਊਗੀ, ਜਿਹਦੀ ਸਾਡੇ ਕੋਲ ਪਹਿਚਾਣ ਰਿਜ਼ਰਵ ਹੋਊਗੀ, ਤਾਂ ਜੋ ਕਿਸੇ ਵੀ ਸਵਾਰੀ ਨਾਲ ਕੋਈ ਹੈਪਨਿੰਗ ਹੁੰਦੀ ਹੈ ਜਾਂ ਅਸੀਂ ਉਹਦਾ ਡਾਟਾ ਕੱਢ ਕੇ ਦੇ ਦਈਏ। ਜਿਵੇਂ ਗੱਲ ਕਰੀਏ ਲੁਧਿਆਣਾ ਸ਼ਹਿਰ ਦੇ ਵਿੱਚ ਬਹੁਤ ਸਾਰੇ ਆਟੋ ਚਾਲਕ ਨੇ, ਕਿੰਨਾ ਕਿੰਨਾ ਨੂੰ ਦੇ ਰਹੇ ਹੋ, ਕੋਈ ਪਰਟੀਕੂਲਰ ਏਰੀਆ ਵੈ ਜਾਂ ਲੁਧਿਆਣਾ ਸ਼ਹਿਰ ਦੇ ਵਿੱਚ ਜਿੰਨੇ ਵੀ ਆਟੋ ਰਿਕਸ਼ਾ ਨੇ ਉਹ? ਨਹੀਂ ਇਹ ਫਿਲਹਾਲ ਜਿਹੜੇ ਆ ਡੀਜ਼ਲ ਆਟੋ ਰਿਕਸ਼ਾ ਚਾਲਕਾਂ ਲਈ, ਕਿਉਂਕਿ ਭੀੜ ਪਈ ਹੈ ਇਹਨਾਂ ਦੇ ਬਹੁਤ ਤਗੜੀ, ਅਸੀਂ ਪਹਿਲਾਂ ਇਹਨਾਂ ਦਾ ਹੱਲ ਕੱਢ ਕੇ ਉਸ ਤੋਂ ਬਾਅਦ ਅਸੀਂ ਲਾਇਸੈਂਸ ਤੇ RCਾਂ ਦੇ ਕੈਂਪ ਲਾਣੇ ਸੀਗੇ, ਉਹ ਅਸੀਂ ਡਿਲੇ ਕਰਤਾ, ਜਿਹੜਾ ਕਿ ਉਹਨਾਂ ਦਾ ਟਾਈਮ ਅਸੀਂ ਪਹਿਲਾਂ ਰੱਖਿਆ ਸੀਗਾ। ਪਰੰਤੂ ਜਦੋਂ ਦੇਖਿਆ ਵੀ ਸਾਨੂੰ ਇਹਨਾਂ ਦਾ ਸਿਰਫ 2 ਮਹੀਨਿਆਂ ਦਾ ਟਾਈਮ ਮਿਲਿਆ, ਤਾਂ ਅਸੀਂ ਪਹਿਲਾਂ ਇੱਧਰ ਹੋਏ ਹਾਂ, ਅਤੇ ਜਿਹੜਾ ਦੂਸਰਾ ਜਿਹੜਾ ਸਟੈਪ ਆ ਉਹ ਅਸੀਂ ਘੱਟੋ ਘੱਟ ਇੱਕ ਹਫ਼ਤਾ ਪਹਿਲਾਂ ਅਨਾਊਂਸ ਕਰਾਂਗੇ, ਜਿਹੜੇ RC ਅਤੇ ਲਾਇਸੈਂਸ ਲਈ ਕੈਂਪ ਲਾਣੇ ਆ। ਸੋ ਅਸੀਂ ਅਨਾਊਂਸ ਕੀਤਾ ਹੋਇਆ ਵੀ ਅਸੀਂ ਸਰਕਾਰੀ ਰੇਟਾਂ 'ਤੇ ਇਹਨਾਂ ਦੇ ਕਾਗਜ਼ ਪੱਤਰ ਜਿਹੜੇ ਪੂਰੇ ਕਰਾ ਕੇ ਇਹਨਾਂ ਦਾ ਜਿਹੜਾ ਅੱਗੇ ਵਾਲਾ ਕੰਮ ਸਟਾਰਟ ਕਰ ਦਾਂਗੇ, ਤਾਂ ਜੋ ਬੜੇ ਈਜ਼ੀ ਹਿਸਾਬ ਨਾਲ, ਕਈ ਸਾਨੂੰ ਰੌਲਾ ਪਾਉਂਦੇ ਸੀ ਸਾਡੇ 15-15 ਜਾਂ 10-10 ਹਜ਼ਾਰ ਮੰਗਦੇ ਸੀ ਲਾਇਸੈਂਸ ਬਣਾਉਣ ਦਾ, ਜਦਕਿ ਜਿਹੜੀ ਲਾਇਸੈਂਸ ਦੀ ਫੀਸ ਆ 370 ਰੁਪਈਏ ਈ ਵਹੀਕਲ ਦੀ, ਅਤੇ ਜਦੋਂ ਉਹ ਬਾਹਰ ਜਾਂਦੇ ਸੀ ਏਜੰਟਾਂ ਕੋਲ 10-10 ਹਜ਼ਾਰ 8-8 ਹਜ਼ਾਰ ਮੰਗਦੇ ਸੀ, ਬੜਾ ਗਲਤ ਹੈ ਇਹ।
ਅਤੇ ਸੋ ਉਹਨਾਂ ਦੀ ਇੱਕ ਸੁਵਿਧਾ ਲਈ ਅਸੀਂ ਇੱਕ ਮਤਲਬ ਦਫ਼ਤਰ ਬਣਾਉਣਾ ਚਾਹੁੰਦੇ ਹਾਂ, ਇਹਦੇ ਵਾਸਤੇ ਦਫ਼ਤਰ ਬਣਾ ਕੇ ਉੱਥੇ ਇਹਨਾਂ ਦਾ ਕੈਂਪ ਲਾਉਣਾ ਚਾਹੁੰਦੇ ਹਾਂ। ਇਹਦੇ ਨਾਲ ਲੱਗਦਾ ਕਿ ਲੁੱਟਾਂ ਖੋਹਾਂ ਦੇ ਵਿੱਚ ਕਈ ਵਾਰੀ ਟਾਰਗੇਟ ਆਟੋ ਰਿਕਸ਼ਾ ਵਾਲਿਆਂ ਨੂੰ ਕੀਤਾ ਜਾਂਦਾ ਸੀ, ਕਈ ਲੋਕ ਹੈਗੇ ਨੇ ਜਿਹੜੇ ਆਟੋ ਰਿਕਸ਼ਾ ਦੇ ਵਿੱਚ ਲੁੱਟਾਂ ਖੋਹਾਂ ਦੀ ਵਾਰਦਾਤ ਨੂੰ ਰੁਕੇਗੀ ਇਹ? ਸਵੇਰੇ ਅਸੀਂ ਜਦੋਂ ਇਹਦਾ ਡਾਟਾ ਇਕੱਠਾ ਕਰਦੇ ਵੀ ਸਾਡੇ ਕੋਈ ਕਿਹੋ ਜਿਹਾ ਕਲਾਇੰਟ ਵੀ ਆਇਆ ਜਿਨ੍ਹਾਂ ਦੇ ਵਿੱਚ ਉਹਦੀ ਹੀਰੋ ਹੋਂਡਾ ਬਾਈਕ ਦੀ ਜਿਹੜੀ ਆਰ ਸੀ ਸੀ ਉਹਨੂੰ ਆਰਡਰ ਨੂੰ ਲਾਈ ਹੋਈ ਸੀ ਜੀ, ਸ਼ਾਇਦ ਆਪਣੇ ਕੋਲ ਡਾਟਾ ਹੈਗਾ ਫੋਟੋ ਰੱਖੀ ਉਹਦੀ, ਅਤੇ ਉਹ ਵੀ ਸੀਗਾ ਇਹੋ ਜਿਹੇ ਅਨਸਰ ਜਿਹੜੇ ਸਾਰੇ ਫੜੇ ਜਾਣੇ ਆ। ਫਿਰ ਇਹਨਾਂ ਦੀ ਪਹਿਚਾਣ ਕਿਵੇਂ? ਸਾਡੇ ਕੋਲ ਆਉਣਗੇ ਨਹੀਂ, ਜਿਹਦੇ ਟੋਕਨ ਨੰਬਰ ਨਹੀਂ ਲੱਗਿਆ ਸਮਝ ਲਓ ਇਹੋ ਜਿਹੇ ਅਨਸਰ ਹੋਣਗੇ। ਉਹ ਹੁਣ ਪ੍ਰਸ਼ਾਸਨ ਦੇਖਿਓ ਅਤੇ ਕਿਵੇਂ ਨੱਥ ਪਾਣੀ ਕਿਵੇਂ ਨਹੀਂ ਨੱਥ ਪਾਣੀ। ਇਹ ਟੋਕਨ ਨੰਬਰ ਹਮੇਸ਼ਾ ਉਹੀ ਲਊਗਾ ਜਿਹੜਾ ਬੰਦਾ ਸਾਫ਼ ਸੁਥਰਾ ਹੋਊਗਾ ਔਰ ਜਿਹੜਾ ਸਹੀ ਹੋਊਗਾ ਜਿਹਦੀ ਆਰ ਸੀ ਨੰਬਰ ਚੈਸੀ ਨੰਬਰ ਮਿਲਦਾ ਹੋਊਗਾ। ਪ੍ਰਧਾਨ ਜੀ ਇਹ ਚੀਜ਼ ਤਾਂ ਵੈਸੇ ਲੋਕ ਵੀ ਬਣਾ ਸਕਦੇ ਨੇ, ਇਹਦੇ ਨਾਲ ਵੀ ਫਰੋਡ ਹੋ ਸਕਦਾ, ਉਸ ਤੋਂ ਕਿਵੇਂ ਬਚੋਗੇ? ਉਹ ਤਾਂ 2000 ਦਾ ਨੋਟ ਵੀ ਬਣ ਜਾਂਦਾ ਸੀਗਾ, 500 ਦਾ ਨੋਟ ਵੀ ਬਣ ਜਾਂਦਾ ਸੀ, ਉਹ ਤਾਂ ਫਿਰ ਨੱਥ ਤਾਂ ਪਾਣੀ ਪੈਂਦੀ ਹੈ। ਜਿੱਦਾਂ ਉਹ ਪ੍ਰਸ਼ਾਸਨ ਉਹਨਾਂ ਨੱਥ ਪੈਂਦਾ, ਸਾਡੀ ਵੀ ਪਹਿਚਾਣ ਹੈਗੀ ਆ, ਅਸੀਂ ਵੀ ਮਤਲਬ 23 ਸਾਲ ਤੋਂ ਪ੍ਰਧਾਨਗੀ 'ਚ ਪਏ ਹਾਂ, ਸਾਡੀ ਇੱਕ ਮਿੰਟ ਤੋਂ ਪਹਿਲਾਂ ਅੱਖ ਹੈਗੀ ਕਿਹੜਾ ਬੰਦਾ ਗਲਤ ਆ ਕਿਹੜਾ ਸਹੀ ਆ, ਇਹੋ ਜਿਹੀ ਗੱਲ। ਕੋਈ ਸੀਰੀਅਲ ਨੰਬਰ ਹੈਗਾ ਵੀ ਜਿਹੜਾ ਇਸ ਏਰੀਏ ਦੇ ਵਿੱਚ ਇੰਨੇ ਤੋਂ ਇੰਨੇ ਸੀਰੀਅਲ ਨੰਬਰ ਦੇ ਵਿੱਚ ਆਟੋ? ਨਹੀਂ, ਇਹੋ ਜਿਹਾ ਕੋਈ ਸਿਸਟਮ ਨਹੀਂ ਬਣਾਇਆ, ਇਹ ਐਕਚੁਅਲੀ ਅਸੀਂ ਡਾਟਾ ਇਕੱਠਾ ਕਰਨ ਵਾਸਤੇ ਬਣਾਇਆ, ਜਿਹੜਾ ਕਿ ਡੀਜ਼ਲ ਆਟੋ ਰਿਕਸ਼ਾ ਚਾਲਕਾਂ ਦੇ ਜਿਹੜੀ ਭੀੜ ਪਈ ਆ ਉਹਦੇ ਵਾਸਤੇ ਡਾਟਾ ਇਕੱਠਾ ਕਰਨ ਲਈ ਬਣਾਇਆ। ਤਾਂ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਸਭ ਨੂੰ ਦਿੱਤਾ ਜਾਏਗਾ? ਨਹੀਂ, ਫਿਲਹਾਲ ਜਿਹੜੇ ਡੀਜ਼ਲ ਆਟੋ ਰਿਕਸ਼ਾ ਚਾਲਕਾਂ ਨੂੰ ਦਿੱਤੇ ਜਾਣਗੇ। ਜਿਹੜਾ ਅਗਲਾ ਸਟੈਪ ਆ ਉਹ ਅਸੀਂ ਜਦੋਂ ਕੈਂਪ ਲਗਾਵਾਂਗੇ ਆਰ ਸੀ 'ਤੇ ਲਾਇਸੈਂਸ ਆ, ਉਦੋਂ ਅਸੀਂ ਟੋਕਨ ਨੰਬਰ ਜਿਹੜੇ ਉਹਨਾਂ ਨੂੰ ਜਾਰੀ ਕਰਾਂਗੇ ਜਿਹੜੇ ਬਾਕੀ ਦੇ ਰਹਿਣਗੇ, ਗੈਸ ਵਾਲੇ ਹੋ ਗਏ, ਇਲੈਕਟ੍ਰਿਕ ਹੋ ਗਏ, ਜੋ ਵੀ ਆ। ਅਤੇ ਬਾਕੀ ਜਿਹੜੇ ਇੱਥੇ ਨਹੀਂ ਪਹੁੰਚੇ ਨੇ ਉਹਨਾਂ ਨੂੰ ਕੀ ਕਹੋਗੇ ਜਿਹੜੇ ਆਟੋ ਚਾਲਕ? ਉਹਨਾਂ ਅੱਗੇ ਸੰਦੇਸ਼ ਆ ਮੇਰਾ ਵੀ ਆਪਣੇ ਆਰ ਸੀ ਦੀ ਫੋਟੋ ਕਾਪੀ ਅਤੇ ਇੱਕ ਆਪਣੇ ਆਧਾਰ ਕਾਰਡ ਦੀ ਕਾਪੀ ਲੈ ਕੇ ਜ਼ਰੂਰ ਪਹੁੰਚੋ ਦਾਣਾ ਮੰਡੀ ਰੋਡਾ ਪੈਲਸ। ਅਤੇ ਜਿਨ੍ਹਾਂ ਕੋਲ ਆਰ ਸੀਆਂ ਚਲਾਉਣ ਦੇ ਵਿੱਚ ਨਹੀਂ ਲਿਆ ਸਕਦੇ ਉਹ ਸਿਰਫ ਗੱਡੀ ਨੰਬਰ ਹੀ ਲਿਖਾ ਦਿਓ, ਅਸੀਂ ਆਪਣੇ ਕੰਪਿਊਟਰ 'ਚ ਆਪੇ ਡਾਟਾ ਕੱਢ ਕੇ ਉਹਨਾਂ ਦਾ ਪਾ ਲਾਂਗੇ। ਤਾਂ ਗੱਲਬਾਤ ਕੀਤੀ ਸਤੀਸ਼ ਪ੍ਰਧਾਨ ਸਾਹਿਬ, ਸਾਡੇ ਨਾਲ ਮੌਜੂਦ ਸੀ। ਤਾਂ ਬਾਬਾ ਜੀ ਕਿਵੇਂ ਦੇਖਦੇ ਹੋ ਕਿ ਹੁਣ ਜਿਹੜੀ ਲੁੱਟਾਂ ਖੋਹਾਂ ਦੀ ਵਾਰਦਾਤ 'ਤੇ ਜਿਹੜੀ ਰੋਕ ਲੱਗ ਜਾਏਗੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਾਡੇ ਸਤੀਸ਼ ਜੀ ਮਾਮਾ ਜੀ ਪ੍ਰਧਾਨ ਸਾਹਿਬ ਬੋਲ ਕੇ ਗਏ ਹੋਏ ਆ ਵੀ ਨੱਥ ਪਾਈ ਜਾਊਗੀ, ਜਿਹੜੀਆਂ ਹੁਣ ਕਾਲੀਆਂ ਭੇਡਾਂ ਤੁਰੀਆਂ ਫਿਰਦੀਆਂ ਨੇ ਆਟੋ ਚਾਲਕਾਂ ਦੇ ਵਿੱਚ, ਉਹਨਾਂ ਨੂੰ ਹੁਣ ਬੋਲਰਿੰਗ ਦੇਣਾ ਚਾਹੁੰਦੇ ਹਾਂ ਵੀ ਜਿਹੜੀਆਂ ਕਾਲੀਆਂ ਭੇਡਾਂ ਉਹ ਬਣ ਜਾਓ, ਚਿੱਟੀਆਂ ਬਣ ਕੇ ਦਿਖਾ ਦਿਓ, ਆਣ ਕੇ ਸਾਡੇ ਕੋਲੋਂ ਲੰਬਰ ਲਵਾ ਲਓ, ਆਣ ਕੇ ਸਾਰਾ ਕੁਝ ਕਰਵਾ ਲਓ। ਇੱਥੇ ਹੁਣ ਕੈਂਪ ਲੱਗਦਾ ਪਿਆ ਹੈਗਾ ਅਤੇ ਇਹਦੇ ਸਾਡੀ ਬੇਨਤੀ ਹੈਗੀ ਆ ਵੀ ਜਿੰਨੇ ਵੀ ਮੇਰੇ ਆਟੋ ਚਾਲਕ ਵੀਰ ਹੈ ਵੀ ਸਾਰਿਆਂ ਨੂੰ ਟੋਕਨ ਨੰਬਰ ਲੱਗਣਾ ਚਾਹੀਦਾ ਹੈਗਾ, ਅਤੇ ਜੇ ਟੋਕਨ ਨੰਬਰ ਨਹੀਂ ਲੱਗਿਆ ਉਹ ਸਮਝ ਲਓ ਕਾਲੀ ਭੇਡ ਹੈ। ਅਤੇ ਹੁਣ ਚਿੱਟੀਆਂ ਬਣ ਕੇ ਦਿਖਾ ਦਿਓ ਸਰਕਾਰ ਨੂੰ, ਸਰਕਾਰ ਹੀ ਕਹਿ ਰਹੀ ਹੈ ਇੱਕ ਪਾਸੇ ਵੀ ਕਹਿੰਦੀ ਪਈ ਆ ਵੀ ਆਟੋ ਚਾਲਕਾਂ ਦੇ ਵਿੱਚ ਚੋਰ ਹੈ, ਚੋਰ ਆ। ਅਤੇ ਜੇ ਹੁਣ ਅਸੀਂ ਸ਼ਾਂਤੀ ਕਰਨ ਲੱਗੇ ਹਾਂ, ਸਰਕਾਰ ਦੇ ਕਹਿਣ 'ਤੇ ਲੱਗੇ ਹੋਏ ਹਾਂ, ਸ਼ਾਂਤੀ ਕਰਨ ਸਾਡੇ ਸਤੀਸ਼ ਜੀ ਮਾਮਾ ਜੀ ਪ੍ਰਧਾਨ ਸਾਹਿਬ ਜੀ ਲੱਗੇ ਹੋਏ, ਸਾਰੇ ਲੱਗੇ, ਸਾਡੀ ਟੀਮਾਂ ਸਾਰੀ ਲੱਗੀ ਹੋਈ ਆ ਇਸ ਕੰਮ ਕਰਨ ਵਾਸਤੇ, ਵੀ ਅਸੀਂ ਕਹਿੰਦੇ ਵੀ ਚਲੋ ਬਹੁਤ ਵਧੀਆ, ਸਰਕਾਰ ਵੀ ਆਪਣਾ ਸਰਕਾਰ ਦਾ ਵੀ ਸਾਥ ਦੇਣਾ ਚਾਹੀਦਾ ਵੀ ਦੇ ਰਹੇ ਹਾਂ ਵੀ ਸਰਕਾਰ ਨੇ ਕਿਹਾ ਕਾਗਜ਼ ਬਣਾਓ, ਆਪਾਂ ਕਾਗਜ਼ ਕਰ ਲਿਆ, ਟੋਕਨ ਦਾ ਕਿਹਾ ਟੋਕਨ ਦਾ, ਵਰਦੀ ਦਾ ਕਿਹਾ ਵਰਦੀ ਵੀ ਪਵਾਤੀ ਅਸੀਂ, ਸਾਰਾ ਕੁਛ ਹੋ ਗਿਆ ਗਾ। ਹੁਣ ਜਿਵੇਂ ਰਸਤਿਆਂ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਸੜਕਾਂ ਦੇ ਵਿੱਚ ਕਿ ਇਹਨਾਂ ਦੇ ਟੋਕਨ ਨਹੀਂ ਲੱਗਿਆ ਹੋਇਆ, ਤਾਂ ਕੋਈ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ? ਸਾਡੀ ਜ਼ਿੰਮੇਵਾਰੀ ਥੜੀ ਆ, ਹੁਣ ਸਰਕਾਰ ਦੀ ਜ਼ਿੰਮੇਵਾਰੀ ਆ, ਜ਼ਿੰਮੇਵਾਰੀ ਤਾਂ ਲੈਣੀ ਪੈਣੀ, ਤੁਸੀਂ ਸਟicker ਦੇ ਰਹੇ, ਅਸੀਂ ਸਟicker ਲੈ ਰਹੇ, ਸਾਡੇ ਸਟicker ਦੀ ਜਿਹੜੀ ਸਾਡੇ ਸਟicker ਦੀ ਸਾਡੀ ਵਰਦੀ ਪਾਈ ਹੋਈ ਆ, ਅਸੀਂ ਉਹਦੀ ਜ਼ਿੰਮੇਵਾਰੀ ਲਵਾਂਗੇ। ਉਹ ਜਿਹੜੇ ਐਵੇਂ ਤੁਰੇ ਫਿਰਦੇ ਵਾਰਾ ਗਾਵਾਂ ਫਿਰਦੀਆਂ ਤੁਰੀਆਂ, ਉਹਨਾਂ ਦੀ ਥੋੜੀ ਵਾਰੀ ਲੈ ਲਾਂਗੇ, ਉਹਨਾਂ ਦੀ ਜ਼ਿੰਮੇਵਾਰੀ ਥੋੜੀ ਸਾਡੀ ਹੋਊਗੀ? ਹੁਣ ਉਹ ਦੇਖੋ, ਸਾਰਾ ਸਰਕਾਰ ਦੇਖੇ, ਜਿਹੜਾ ਕੁਝ ਦੇਖਣਾ ਗੌਰਮੈਂਟ ਗੌਰ ਕਰੇ ਉਹਨਾਂ 'ਤੇ, ਅਸੀਂ ਕਿਉਂ ਕਰੀਏ? ਸਾਡਾ ਕੰਮ ਹੈ, ਜਿੱਥੋਂ ਤੱਕ ਸਾਡਾ ਕੰਮ ਹੈ ਅਸੀਂ ਉੱਥੋਂ ਤੱਕ ਕਰਾਂਗੇ। ਅਤੇ ਸਾਡਾ ਕੰਮ ਹੈਗਾ ਵੀ ਕਾਲੀਆਂ ਭੇਡਾਂ ਜਿਹੜੀਆਂ ਵਿੱਚ ਵੜੀਆਂ ਹੋਈਆਂ ਨੇ ਉਹ ਫੜਨੀਆਂ ਹੈਗੀਆਂ ਨੇ ਅਤੇ ਫੜ ਵੜੀਆਂ ਜਾਣੀਆਂ ਨੇ। ਹੁਣ ਜਿਵੇਂ ਮਾਮਾ ਸਦੀਕ ਜੀ ਨੇ, ਪ੍ਰਧਾਨ ਜੀ ਨੇ ਕਿਹਾ ਹੈਗਾ ਵੀ ਇੱਕ ਮੋਟਰਸਾਈਕਲ ਦੀ ਆਰ ਸੀ ਲਾ ਕੇ ਘੁੰਮਦੇ ਪਏ ਆਟੋ, ਇਹ ਹੁਣ ਸਾਰੇ ਫੜੇ ਜਾਣੇ ਹੈਗੇ ਆ। ਇਹਨਾਂ ਨੂੰ ਬੇਨਤੀ ਕੀਤੀ ਜਾਂਦੀ ਵੀ ਬੰਦੇ ਬਣ ਜਾਓ ਅਤੇ ਹੁਣ ਤੁਹਾਡੇ 'ਤੇ ਜਿਹੜੇ ਵੀ ਬੜੇ ਗਏ ਚਲਾਣ, ਗੱਡੀਆਂ ਬੰਦ ਜ਼ਰੂਰ ਹੋਣਗੀਆਂ, ਆਪਣਾ ਸਹੀ ਕੰਮ ਕਰੋ, ਸਰਕਾਰ ਦੇ ਦੇਰੇ 'ਚ ਵਧੀਆ ਬਣ ਕੇ ਰੁਕਾ, ਸਰਕਾਰ ਨੂੰ ਬਣ ਕੇ ਦਿਖਾਓ ਵੀ ਇਹ ਸਹੀ ਆ, ਇੱਕ ਨੰਬਰ ਦੇ ਵਿੱਚ ਬਣ ਕੇ ਦਿਖਾਓ। ਅਤੇ ਬਾਕੀ ਮੇਰੀ ਇੱਕ ਬੇਨਤੀ ਹੋਰ ਹੈ, ਜਿੰਨੇ ਵੀ ਆਟੋ ਚਾਲਕ ਗਏ ਆ ਅਤੇ ਸਾਰੇ ਪਹੁੰਚ ਕੇ ਇਹ ਆਪਣੇ ਆਧਾਰ ਕਾਰਡ ਕਾਪੀ
ਲੰਬਰ ਗੱਡੀ ਦਾ ਜੇ ਆਰ ਸੀ ਨਹੀਂ ਹੈਗੀ ਹੈ ਤਾਂ ਆਧਾਰ ਕਾਰਡ ਕਾਪੀ ਜ਼ਰੂਰ ਲੈ ਕੇ ਆਓ ਅਤੇ ਲੰਬਰ ਲੈ ਕੇ ਆਓ ਅਤੇ ਰੋੜਾ ਪੈਲਸ ਦੇ ਬੈਕ ਸਾਈਡ ਦਾਣਾ ਮੰਡੀ ਦੇ ਵਿੱਚ ਇਹ ਕੈਂਪ ਲੱਗਦਾ 2 ਦਿਨ ਲੱਗਣਾ ਅਤੇ ਆਣ ਕੇ ਆਪਣੇ ਸਾਰੇ ਕਾਗਜ਼ ਪੱਤਰ ਤਿਆਰ ਕਰੋ। ਜਿਹੜੇ ਨਹੀਂ ਆਉਣਗੇ ਪਰ ਗਲਤ ਹੈ ਫਿਰ ਚੋਰ ਚੱਕੇ ਹੋਣੇ ਆ, ਭੇਡਾਂ ਹੀ ਹੋਣੀਆਂ ਕਾਲੀਆਂ, ਉਹ ਤਾਂ ਕਾਲੀਆਂ ਭੇਡਾਂ ਗਿਣਾਂਗੇ ਉਹਨਾਂ ਨੂੰ ਜਿਹੜੇ ਨਹੀਂ ਆ ਰਹੇ। ਜਿਹੜੇ ਸਹੀ ਬੰਦੇ ਉਹ ਆ ਰਹੇ ਹੈਗੇ ਆ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਲਗਾਤਾਰ ਆਟੋ ਯੂਨੀਅਨ ਸਤੀਸ਼ ਮਾਮਾ ਜੀ ਉਹਨਾਂ ਵੱਲੋਂ ਅਤੇ ਖਾਲਸਾ ਜੀ ਵੱਲੋਂ ਲਗਾਤਾਰ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਉਹ ਆਟੋ ਚਾਲਕਾਂ ਵੱਲੋਂ ਕੀਤੇ ਜਾ ਰਹੇ ਨੇ। ਤਾਂ ਪਹਿਲਾਂ ਡਰੈੱਸਾਂ ਚੇਂਜ ਕਰਾਈਆਂ, ਡਰੈੱਸਾਂ ਆਟੋ ਚਾਲਕ ਕਈ ਵੀਰ ਹੈਗੇ ਨੇ ਜਿਨ੍ਹਾਂ ਨੇ ਪਾਉਣੀਆਂ ਵੀ ਸ਼ੁਰੂ ਕਰਤੀਆਂ, ਉਸ ਤੋਂ ਬਾਅਦ ਹੁਣ ਸਟਿੱਕਰ ਜਾਰੀ ਕੀਤੇ ਗਏ ਨੇ। ਤਾਂ ਅਸੀਂ ਪਬਲਿਕ ਨੂੰ ਵੀ ਇਹੀ ਅਪੀਲ ਕਰਾਂਗੇ ਸਟਿੱਕਰ ਪ੍ਰੋਪਰ ਐਡਰੈਸ 'ਤੇ ਸਟਿੱਕਰ ਦੇਖ ਕੇ ਆਟੋ ਦੇ ਵਿੱਚ ਬੈਠੋ ਤਾਂ ਜੋ ਤੁਹਾਨੂੰ ਇਸ ਦੀ ਪਰਖ ਹੋਵੇ ਕਿ ਸਹੀ ਆਟੋ ਚਾਲਕ ਕਿਹੜਾ ਵਾ। ਤਾਂ ਇਸ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਲੋਕ ਅਵੇਅਰ ਰਹਿਣ ਇਸ ਤੋਂ। ਕੈਮਰਾਮੈਨ ਵਿਪਿਨ ਬੱਸੀ ਦੇ ਨਾਲ ਦਾ ਸਿਟੀ ਹੈੱਡਲਾਈਨ ਜੈ ਕੁਮਾਰ।